ਪੰਜਾਬ ਅੰਦਰ ਨਸ਼ੇ ਦੀ ਵੱਧ ਰਹੀ ਵਿਕਰੀ ਕਾਰਨ ਬਰਬਾਦ ਹੋ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਚਿੱਟੇ ਤੇ ਮੈਡੀਕਲ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਇਸ ਮੁਹਿੰਮ ਕਾਰਨ ਨਸ਼ਾ ਨਾ ਮਿਲਣ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਹੋ ਰਹੇ ਨੇ। ਜਿਸ ਦੇ ਚਲਦਿਆਂ ਖਬਰ ਲੈਂਦੇ ਆ ਮੋਗਾ ਦੇ ਪਿੰਡ ਝੜਿੱਕ ਤੋਂ, ਜਿੱਥੇ ਪੱਤਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਚੱਲ ਰਹੇ ਸਮਾਜ ਸੇਵਾ ਸੰਸਥਾ ਉਜਾਲਾ ਫਾਊਂਡੇਸ਼ਨ, ਡਰੱਗ ਕਾਉਂਸਲਿੰਗ ਤੇ ਪੁਨਰਵਾਸ ਕੇਂਦਰ ਝੜਿੱਕ ਦਾ ਦੌਰਾ ਕੀਤਾ ਗਿਆ, ਜਿੱਥੇ ਨਸ਼ਾ ਛੱਡਣ ਆਏ ਨੌਜਵਾਨ ਕੈਮਰੇ ਅੱਗੇ ਆਉਣ ਤੋਂ ਡਰੇ ਰਹੇ। ਉੱਥੇ ਹੀ ਨਸ਼ਾ ਛੁਡਾਊ ਕੇਂਦਰ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਨਸ਼ੇ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੁੰਦੇ ਦੇਖ ਉਹਨਾਂ ਨੇ ਮਨ ਨਸ਼ਾ ਛੱਡਣ ਦਾ ਬਣਾ ਲਿਆ ਹੈ, ਜਿਸ ਦੇ ਚਲਦਿਆਂ ਅੱਜ ਉਹ ਇਲਾਜ ਲਈ ਇੱਥੇ ਆਏ ਹੋਏ ਨੇ। ਮੈਂ ਇੰਦਰਜੀਤ ਸਿੰਘ ਦਸਾਂਝ, ਪਿੰਡ ਝੜਿੱਕ, ਜ਼ਿਲ੍ਹਾ ਮੋਗਾ, ਉਜਾਲਾ ਫਾਊਂਡੇਸ਼ਨ, ਨਸ਼ਾ ਮੁਕਤੀ ਕੇਂਦਰ ਝੜਿੱਕ ਵਿੱਚ ਚਲਾ ਰਿਹਾ, ਜਿੱਥੇ ਕਿ ਹਜ਼ਾਰਾਂ ਨੌਜਵਾਨ ਨਸ਼ਾ ਛੱਡ ਚੁੱਕੇ ਹਨ ਅਤੇ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਅਤੇ ਇਲਾਕਾ ਵਾਸੀਆਂ ਦੇ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਅਸੀਂ ਪੂਰੀ ਕਾਮਯਾਬੀ ਨਾਲ ਅੱਗੇ ਵੱਧ ਰਹੇ ਹਾਂ ਅਤੇ ਸਾਨੂੰ ਪੂਰੀ ਉਮੀਦ ਆ ਕਿ ਜਿਸ ਤਰ੍ਹਾਂ ਸਰਕਾਰ ਨੇ ਨਸ਼ੇ ਦੇ ਸਿਕੰਜਾ ਕੱਸਿਆ ਹੋਇਆ ਇਸੇ ਤਰ੍ਹਾਂ ਕੱਸਿਆ ਆ, ਤਾਂ ਅਸੀਂ ਪੂਰਨ ਆਤਮ ਵਿਸ਼ਵਾਸ ਨਾਲ ਇਹ ਕਹਿੰਦੇ ਹਾਂ ਕਿ ਅਸੀਂ ਇਸ ਵਿੱਚ ਨਸ਼ਾ ਨੌਜਵਾਨਾਂ ਨੂੰ ਨਸ਼ਾ ਛਡਾਉਣ ਵਿੱਚ ਪੂਰੀ ਕਾਮਯਾਬੀ ਹਾਸਲ ਕਰਾਂਗੇ। ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ।